ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਤੁਹਾਡਾ ਆਪਣਾ ਵਰਿੰਦਰ ਗਿੱਲ ਤੇ ਅੱਜ ਆਪਾਂ ਪਿੰਡ ਕੋਟਲੀ ਦੇ ਵਿੱਚ ਪਹੁੰਚੇ ਹਾਂ ਤੇ ਇਹ ਨੇ ਮੇਰੇ ਨਾਨੀ ਜੀ ਮੁਖਤਿਆਰ ਕੌਰ ਤੇ ਅੱਜ ਆਪਾਂ ਇਹਨਾਂ ਤੋਂ ਜਿਹੜਾ ਸਰਵਣ ਮਹਿੰਗੀ ਵਾਲਾ ਜਿਹਨੇ ਆਪਣੇ ਮਾਂ ਬਾਪ ਨੂੰ ਪਾਣੀ ਲੈਣ ਆਇਆ ਸੀ ਪਿਉਣ ਲਈ ਛੇਤੀ ਕਰ ਸਰਵਣ ਪੁੱਤਰਾ ਪਾਣੀ ਪਿਲਾ ਦੇ ਜਿਹੜਾ ਆਪਾਂ ਪੁਰਾਤਨ ਖੂਹ ਤੇ ਉਸਦੇ ਇਤਿਹਾਸ ਬਾਰੇ ਵੀ ਤੁਹਾਨੂੰ ਜਾਣੂ ਕਰਾਵਾਂਗੇ ਸਰਵਣ ਦਾ ਖੂਹ ਜਿਹੜਾ ਤੇ ਸਰੋਵਰ ਬਾਰੇ ਵੀ ਜਾਣੂ ਕਰਾਵਾਂਗੇ। ਉਸ ਤੋਂ ਪਹਿਲਾਂ ਤੁਸੀਂ ਪਿੰਡ ਦੀਆਂ ਕੁਝ ਪੁਰਾਤਨ ਇਮਾਰਤਾਂ ਜਿਹੜੀਆਂ ਬਹੁਤ ਪੁਰਾਣੀਆਂ ਸਮੇਂ ਤੋਂ ਆ ਉਹਨਾਂ ਨੂੰ ਦੇਖੋ ਤੇ ਇੱਕ ਪੁਰਾਤਨ ਖੂਹ ਆ ਆਹ ਜਿਹੜੀ ਡਰੇਨ ਚੰਦੀ ਜਿਹੜੀ ਨਾਲ ਨਾਲ ਮੁੱਠਿਆਂ ਵਾਲੀ ਸਾਈਡ ਨੂੰ ਆਹ ਪੁੱਲ ਦੇ ਹਾਲਾਤ ਬੜੇ ਮਾੜੇ ਆ। ਮੈਨੂੰ ਲੱਗਾ ਕਿਤੇ ਪਾਣੀ ਆਇਆ ਪਰ ਪਿੰਡ ਦਾ ਨਿਕਾਹ ਸੀ ਇੱਥੇ ਚੱਲਣ ਡਿਆ। ਉਹ ਸਾਹਮਣੇ ਉਹ ਨਿਕਾਹ ਜਿਹਾ ਦਿਸਣ ਡਿਆ ਜਿਹੜਾ ਕਿੱਕਰਾਂ ਦੇ ਮੋਰਚੇ ਫੌਜੀਆਂ ਦੇ ਨਹਿਰ ਆ ਪਰ ਪੁੱਲ ਦੇ ਹਾਲਾਤ ਬੜੇ ਮਾੜੇ ਇੱਥੋਂ ਵੱਡੇ ਵੱਡੇ ਸੰਦ ਵੀ ਨਿਕਲਦੇ ਆ। ਉੱਪਰ ਮੋਰਚੇ ਇੱਥੇ ਫੌਜੀਆਂ ਦੇ ਰਸਤਾ ਕਾਫੀ ਖੁੱਲ੍ਹਾ ਹੈਗਾ ਪਹਿਲਾਂ ਆਹ ਸਿੰਗਲ ਰੋਡ ਹੀ ਇੱਕ ਸਾਈਡ ਦਾ ਹੀ। ਇਹ ਪੁਰਾਣੀਆਂ ਖੂਹ ਦੀਆਂ ਟਿੰਡਾਂ ਆਹ ਖੂਹ ਆ ਫਿਲਹਾਲ ਪੂਰਿਆ ਗਿਆ ਜਦੋਂ ਪਿੰਡ ਦਾ ਪਾਣੀ ਚੱਲਦਾ ਹੁੰਦਾ ਸੀ। ਆਹ ਚੀਜ਼ ਨਾਲ ਘੁੰਮਦਾ ਹੁੰਦਾ ਸੀ ਖੂਹ ਅਤੇ ਟਿੰਡਾਂ ਪੁਰਾਣੀਆਂ ਹੁਣ ਬੰਦ ਆ ਕਾਫੀ ਟਾਈਮ ਤੋਂ ਅਤੇ ਗੁਰਦੁਆਰਾ ਸਾਹਿਬ ਹੀ ਅਤੇ ਉਹ ਮਹਾਰਾਜ ਸਾਹਿਬ ਦਾ ਸਰੂਪ ਲੈ ਕੇ ਫਿਰ ਉੱਥੇ ਬਾਬਾ ਵੀਰ ਸਿੰਘ ਦੇ ਗੁਰਦੁਆਰਾ ਜਿੱਥੇ ਪਹਿਲਾਂ ਇੱਥੇ ਹੁੰਦਾ ਗੁਰਦੁਆਰਾ ਫਿਰ ਇੱਥੇ ਸੇਵਾ ਘੱਟ ਗਈ ਫਿਰ ਇੱਕੋ ਜਗ੍ਹਾ ਕਰ ਦਿੱਤਾ। ਆਹ ਇਮਾਰਤ ਆ ਪੁਰਾਣੀ ਬੜੀ ਪੁਰਾਣੀ ਅਤੇ ਇਮਾਰਤ ਹੈ ਉਹਨਾਂ ਸਮਿਆਂ ਦੀ ਹੈ। ਜਾਨਵਰ ਵਗੈਰਾ ਬੈਠਦੇ ਇੱਥੇ ਠੰਡਾ ਥਾਂ ਹੈ। ਬਹੁਤ ਪੁਰਾਣੀ ਇਮਾਰਤ ਹੈ ਛੋਟੇ ਛੋਟੇ ਹੁੰਦੇ ਆ ਵਿਹਣੇ ਹੁੰਦੇ ਆ ਉਦੋਂ ਇੱਥੇ ਹੈਗਾ ਸੀ ਥੋੜ੍ਹਾ ਬਹੁਤ ਤਾਂ ਗੁਰਦੁਆਰਾ ਸਾਹਿਬ ਹੀ ਅਤੇ ਹੁਣ ਬੜਾ ਸਮਾਂ ਬਦਲ ਗਿਆ ਇਹ। ਚਲੋ ਸਮੇਂ ਦੇ ਹਿਸਾਬ ਨਾਲ ਇਹ ਖੂਹੀ ਵੀ ਪਹਿਲਾਂ ਚੱਲਦੀ ਹੁੰਦੀ ਸੀ ਉੱਧਰ ਸਾਹਮਣੇ ਖੂਹੀ ਆ ਪੁਰਾਣੇ ਤਾਲੇ ਲੱਗੇ ਹੋਏ ਇਹ ਜਿਵੇਂ ਪਹਿਲਾਂ ਮਸੀਤਾਂ ਹੁੰਦੀਆਂ ਸੀ ਪੁਰਾਣੀਆਂ ਉਹ ਸਮਾਂ ਸਿਸਟਮ ਜਿੱਦਾਂ ਹੁੰਦਾ ਸੀ ਮਸੀਤਾਂ ਦੇ ਤੌਰ 'ਤੇ ਹੁੰਦਾ ਸੀ ਉਵੇਂ ਫਿਰ ਇੱਥੇ ਗੁਰਦੁਆਰਾ ਸਾਹਿਬ ਦਾ ਸਥਾਪਿਤ ਕੀਤਾ ਗਿਆ ਸੀ ਅਤੇ ਉਦੋਂ ਬਾਅਦ ਆ ਪੌੜੀਆਂ ਉੱਪਰ ਨੂੰ ਜਾਣ ਵਾਲੀਆਂ ਹੁਣ ਬਿਲਕੁਲ ਜਿੱਦਾਂ ਡੈੱਡ ਹੋਈਆਂ ਪਈਆਂ ਉੱਤੇ ਜਾਣਾ ਖਤਰਾ ਹੀ ਆ ਕਿਸੇ ਮੌਕੇ ਵੀ ਡਿੱਗ ਸਕਦੀ ਕਿਉਂਕਿ ਪੁਰਾਣੀ ਇਮਾਰਤ ਸੀ ਸਮੇਂ ਨਾਲ ਬਦਲ ਗਿਆ। ਚਲੋ ਹੁਣ ਚੱਲਦੇ ਹਾਂ ਆਪਾਂ ਇੱਕ ਰਸਤੇ 'ਚ ਪੁਰਾਣਾ ਘਰ ਹੈਗਾ ਹੈ ਉਹ ਤੁਹਾਨੂੰ ਵਿਖਾਵਾਂਗੇ ਹੈਗਾ ਜਿਹੜੀ ਸਰਵਣ ਦੀ ਖੂਹੀ ਆ ਉਹ ਤੁਹਾਨੂੰ ਵਿਖਾਵਾਂਗੇ ਅੱਗੇ ਜਾ ਕੇ। ਇਹ ਇੱਕ ਇਮਾਰਤ ਹੀ ਹੁਣ ਪਿੱਛੇ ਅਗਲੇ ਬਣੇ ਗੇਟ ਹੀ ਰਹਿ ਗਿਆ ਇਹ ਵੇਖੋ ਇਹ ਸਾਰਾ ਨਿੱਕੀ ਇੱਟ ਦਾ ਬਣਿਆ ਹੋਇਆ ਹੈ ਪਹਿਲਿਆਂ ਸਮਾਂ ਦੀ ਚੀਜ਼ ਹੈ ਨਿੱਕੀ ਇੱਟ ਦੀ ਬਣੀ ਹੋਈ ਹੁਣ ਇਹ ਮਤਲਬ ਕਿ ਪਿੱਛੋਂ ਸਾਰਾ ਕੁਝ ਟੱਠਾ ਹੋਇਆ ਵਾ ਲੱਗਦਾ ਕਿਸੇ ਦਾ ਘਰ ਬਣਿਆ ਬਾਕੀ ਇਹ ਆ ਕਿ ਆ ਗੇਟ ਰਹਿ ਗਿਆ ਇੰਨਾ ਕੁ ਜਿਹਨੂੰ ਡਿਊੜੀ ਕਹਿ ਦਿੰਦੇ ਆ ਬੈਠਣ ਨੂੰ ਠੰਡੀ ਹਵਾ ਵਾ ਉਹਨੂੰ ਉਹ ਚੀਜ਼ ਹੀ ਦੇਖਦੇ ਹਾਂ। ਪੁਰਾਣੀਆਂ ਛਤੀਰੀਆਂ ਬਿਲਕੁਲ ਜਿਹੜੀਆਂ ਪੁਰਾਣੀਆਂ ਹੁੰਦੀਆਂ ਨਾ ਜਿੱਦਾਂ ਵੱਡੀਆਂ ਵੱਡੀਆਂ ਛਤੀਰੀਆਂ ਪੈ ਜਾਂਦੀਆਂ ਹੁੰਦੀਆਂ ਲੱਕੜਾਂ ਲਾ ਕੇ ਅਤੇ ਕਾਨੇ ਉੱਪਰ ਨਾਲ ਫੱਟਿਆਂ ਦੀ ਛੱਤ ਹੁਣ ਇਹ ਚੀਜ਼ ਪੁਰਾਣੀ ਬੜੀ ਹੋ ਗਈ ਇੱਥੇ ਬਹਿਣ ਬਹੁਣ ਵਾਲਾ ਸਿਸਟਮ ਨਹੀਂ ਰਹਿ ਗਿਆ ਪਰ ਤੁਹਾਨੂੰ ਨਿੱਕੀ ਇੱਟ ਸਾਰੀ ਦਾ ਬਣਿਆ ਹੋਇਆ ਇਹ ਪਿੰਡ ਕੋਟਲੀ ਲਓ ਜੀ ਇਹ ਗੁਰਦੁਆਰਾ ਸਾਹਿਬ ਦਾ ਰਸਤਾ ਆ ਗਿਆ ਗੁਰਦੁਆਰਾ ਸਾਹਿਬ ਸਾਹਮਣੇ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਦੀ ਉਹਨਾਂ ਦੇ ਮਤਲਬ ਕਿ ਅੰਡਰ ਆ